Assalamu alaikum, good morning, good morgen, manjorno, namaste, sasrikal. ਹਾਂਜੀ ਅੱਜ ਮੈਂ ਕਾਫੀ ਦਿਨਾਂ ਬਾਅਦ ਆ ਵੀਡੀਓ ਬਣਾ ਰਿਹਾ ਔਰ ਉਹਦੀ ਵਜ੍ਹਾ ਸੀ ਕਿ ਮੈਂ ਗਿਆ ਸੀ ਪਾਕਿਸਤਾਨ ਔਰ ਪਾਕਿਸਤਾਨ ਦੋ ਤਿੰਨ ਹਫ਼ਤੇ ਜਿਹੜੇ ਨੇ ਉੱਥੇ ਲੱਗ ਗਏ ਔਰ ਮੈਂ ਨਾਰਥ ਜਾ ਕੇ ਵੀ ਫਿਰ ਕੇ ਆਇਆ ਅਤੇ ਕਾਫੀ ਇੰਜੋਏ ਕੀਤਾ ਮੌਸਮ ਬੜਾ ਜ਼ਬਰਦਸਤ ਸੀ ਉੱਥੇ ਦਾ ਔਰ ਹੁਣ ਹੈ ਕਿ ਇੱਥੇ ਵੀ ਮੌਸਮ ਅੱਛਾ ਹੋ ਗਿਆ ਔਰ ਹੁਣ ਜੋ ਕਿ ਮੋਟਰਸਾਈਕਲ ਦਾ ਵੀ ਸੀਜ਼ਨ ਸ਼ੁਰੂ ਹੋ ਗਿਆ ਸਾਡੇ ਇੱਥੇ ਔਰ ਅਸੀਂ ਹੁਣ ਇਹ ਕਿ ਅੱਜ ਮੋਟਰਸਾਈਕਲ ਕੱਢਦੇ ਹਾਂ ਵੇਖਦੇ ਹਾਂ ਕਿ ਕੀ ਪੋਜੀਸ਼ਨ ਹੈ ਔਰ ਉਮੀਦ ਤਾਂ ਹੈ ਕਿ ਉਹ ਸਟਾਰਟ ਹੋ ਜਾਏਗਾ ਕਿਉਂਕਿ ਮੈਂ ਉਹਦੀ ਨਾਰਮਲ ਤਾਂ ਤਿੰਨ ਚਾਰ ਮਹੀਨੇ ਹੋ ਗਏ ਨੇ ਉਹਨੂੰ ਖੜ੍ਹੇ ਨੂੰ ਅਤੇ ਉਹਦੀ ਬੈਟਰੀ ਵੀ ਅਗਰ ਮੈਂ ਨਵੀਂ ਪਾਈ ਸੀ ਅਤੇ ਹੁਣ ਇਹ ਕਿ ਅਸੀਂ ਜਿਹੜੀ ਬੈਟਰੀ ਨਹੀਂ ਰੱਖੀ ਉਮੀਦ ਹੈ ਕਿ ਸਟਾਰਟ ਹੋ ਜਾਏਗਾ ਅਤੇ ਉਹਦੀ ਸਰਵਿਸ ਵਗੈਰਾ ਵੀ ਕਰਦੇ ਚਲੋ ਚੱਲਦੇ ਹਾਂ ਫਿਰ ਹੁਣ
ਚਾਹੇ ਹੁਣ ਮੈਂ ਵਾਪਸ ਆ ਗਿਆ ਵਾਂ ਔਰ ਮੋਟਰਸਾਈਕਲ ਵੈਸੇ ਤਾਂ ਠੀਕ ਹੈ, ਲੇਕਿਨ ਇਹਦਾ ਜਿਹਾ ਹੈ ਕਿ ਹੁਣ ਇਹਦਾ ਕਿਸੇ ਦਿਨ ਵਰਕਸ਼ਾਪ ਜਾ ਕੇ ਅਤੇ ਇਹਦਾ ਤੇਲ ਪਾਣੀ ਚੈੱਕ ਕਰਵਾਉਣਾ ਪੈਣਾ, ਔਰ ਇਹਦੀ ਮੈਨੂੰ ਲੱਗਦਾ ਕਿ ਚੈਨ ਵੀ ਥੋੜ੍ਹੀ ਜਿਹੀ ਟਾਈਟ ਕਰਵਾਉਣੀ ਪੈਣੀ, ਔਰ ਇਹਨੂੰ ਮੈਂ ਹੁਣ ਵਰਕਸ਼ਾਪ ਲੈ ਕੇ ਜਾਵਾਂਗਾ ਅਤੇ ਫਿਰ ਵੇਖਾਂਗੇ। ਅਤੇ ਬਾਕੀ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ, ਔਰ ਤੁਸੀਂ ਲਾਈਕ ਔਰ ਸਬਸਕ੍ਰਾਈਬ ਵੀ ਕਰੋਗੇ ਅਤੇ ਅੱਗੇ ਸ਼ੇਅਰ ਵੀ ਕਰੋਗੇ। ਔਰ ਇਹ ਸੂਟ ਮੈਂ ਇੱਕ ਪਾਕਿਸਤਾਨ ਨੂੰ ਨਾਲ ਲੈ ਕੇ ਆਇਆ ਸੀ, ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਕਮੈਂਟਸ ਦੱਸੋ ਕਿ ਕੈਸਾ ਲੱਗਿਆ, ਮੇਰੇ ਨਾਲ ਮੈਚਿੰਗ ਮੇਰੇ ਮੋਟਰਸਾਈਕਲ ਨਾਲ ਔਰ ਮੇਰੇ ਹੈਲਮਟ ਨਾਲ ਮੈਚਿੰਗ ਕਰਦਾ ਕਿ ਨਹੀਂ ਕਰਦਾ।